ਕਰਕੇ ਉਹ ਫਿਰ ਬੈਠ ਕੇ ਖੜ ਜਾਂਦੀ ਉਹ ਫਿਰ ਪਾਰਟੀ ਲੱਗਣੀ ਫਿਰ ਫੇਰ ਤਾਂ ਇੱਕੋ ਫਿਰ ਕੱਟਣੇਗਾ ਤੁਹਾਡਾ ਭਰਾ ਬਣ ਕੇ ਅਸੀਂ ਬੋਲਦੇ ਜਿਵੇਂ ਕਮੇਟੀ ਕਹੂਗੀ ਵੀਰ ਬਣ ਕੇ ਬੇਨਤੀ ਹੈ ਬੈਠਕ ਤੇ ਖੜ ਭਰਾ ਬਣ ਕੇ ਬਾਕੀ ਆਈ ਜਾਣਗੇ ਖੜ ਜਾ ਵੀਰ ਬਣ ਕੇ ਯਾਰ ਥੋੜੇ ਥੋੜੇ ਸ਼ੁਰੂ ਮੇਰੀ ਬੇਨਤੀ ਕੀ ਬੇਨਤੀ ਹੈ ਲਓ ਦੇਖਣਗੇ ਬਾਹਰ ਪਾਉਂਦੇ ਮੁੰਡਾ ਕਹਿੰਦੇ ਤਿਆਰ ਹੋ ਤਿਆਰ ਮੇਰੇ ਵੀਰੋ ਬਾਹਰ ਪਾਉਂਦੇ ਖਿਡਾਰੀ ਕਹਿੰਦੇ ਤਿਆਰ ਹੈ ਔਰ ਸਾਹਮਣੇ ਕਹਿੰਦੇ ਮੁੰਡਾ ਕਹਿੰਦੇ ਸਲਾਹ ਪੰਦੇ ਧਰਤੀ ਦਾ ਪਹਿਲੀ ਵਾਰ ਔਰ ਪਹਿਲੀ ਵਾਰ ਦੇ ਕਹਿੰਦੇ ਖੇਡਾ ਸ਼ਾਟ ਹੈ ਔਰ ਦੇਖਣਗੇ ਮੇਰੇ ਵੀਰੋ ਇੱਕ ਸਕੋਰ ਮੁੰਡਾ ਕਹਿੰਦੇ ਯੋਗੇ ਬੰਦੇ ਨੇ ਭੱਜ ਗਿਆ ਦੋ ਸਕੋਰ ਦੇ ਕਹਿੰਦੇ ਬੰਦੇ ਜਿਹੜੇ ਕਹਿੰਦੇ ਘਰ ਉੱਤੇ ਹੈ ਦੇਖ ਮੈਚ ਕਹਿੰਦੇ ਤਗੜਾ ਇੱਧਰ ਆ ਜਾ ਤੇਰਾ ਪਹਿਲੀ ਤੇ ਕੀ ਆਇਆ ਵੀਰੇ ਮੈਂ ਦੇਖੋ ਰਿਵਿਊ ਹਾਂਜੀ ਹਾਂਜੀ ਕਹੀ ਜਾ ਕਰੇਤੀ ਹੈ ਆਇਆ ਕਹਿੰਦੇ ਵੇਖੋ ਨਿੰਦਰ ਮਿਧਰੇ ਦਾ ਕਾਲਾ ਵੀ ਆ ਗਿਆ ਆ ਨਾਲ ਕਹਿੰਦੇ ਪ੍ਰਾਂਜਲ ਹਾਂਜੀ ਰਵੀ ਦੇਖ ਰਹੇ ਨੇ ਅੰਬਾਰ ਦੇਖ ਰਹੇ ਨੇ ਸੁਦੀਪ ਜਗਵਾਲੀ ਜਗਵਾਲਾ ਜੀ ਜੈਸ਼ਨ ਡੀਜੇ ਸਾਊਂਡ ਠੀਕ ਹੈ ਲੱਗ ਰਿਹਾ ਸਾਡੀ ਜੀ ਕਰਦਾ ਕਹਿੰਦੇ ਜੈਸ਼ਨ ਕਰੋ ਕਰੋ ਸ਼ੁਰੂ ਕੇ ਬੀਤੀ ਹੈ ਬਾਈ ਬਣ ਕੇ ਛੱਡੀਏ ਨਾਲ ਕਰੋ ਤੱਕ ਜੁੜ ਕੇ ਬੀਤੀ ਹੈ ਅਸੀਂ ਲਾਲ ਜੀ ਸਾਡੇ ਉੱਪਰ ਰਿਵਿਊ ਕਿਤੇ ਦਿੱਤਾ ਗਿਆ ਟੀਮ ਵੱਲੋਂ ਖੇਤਰੀ ਹੈ ਬਾਈ ਬਣ ਕੇ ਸਾਹਮਣਾ ਖਰਾਬ ਕਰੀਏ ਕੀ ਆ ਜੀ ਵੀਰਾ ਜੀ ਦੋ ਬਣ ਜਾਏਗੀ ਰਿਵਿਊ ਖਤਮ ਰਿਵਿਊ ਖਤਮ ਹੋ ਗਿਆ ਜੀ ਹਾਂ ਸਲਾਹ ਵਾਲੀ ਟੀਮ ਦਾ ਰਿਵਿਊ ਖਤਮ ਹੋ ਹੋਣਾ ਕਰੀਏ ਸ਼ੁਰੂ ਮੇਰੀ ਖੇਤਰੀ ਭਰਾ ਬਣ ਕੇ ਹਾਂ ਜੀ ਵਾਹ ਆਉਂਦੇ ਪਲ ਦਾ ਆਏ ਰੇਟ ਆਉਂਦੇ ਨੇ ਰੂਹ ਗਵਾਲੇ ਆ ਹਾਂ ਮੇਰੇ ਕੋਲ ਜੀ ਤੀਜਾ ਪਲੇਅਰ ਨਹੀਂ ਬੋਲੂਗਾ ਜੀ ਇਹ ਪਲਾਂਟੀ ਲੱਗਣੀ ਆ ਕਮਾਲ ਕਹਿੰਦੇ ਹੋ ਗਈ ਹੈ ਆਓ ਦੇਖਿਆ ਮੇਰੀ ਵੀਰ ਸਾਹ ਪਾਉਂਦੀ
ਕਲਵੀਰ ਆਇਆ ਹੋਇਆ ਕਹਿੰਦੇ ਹਾਂ ਮੀਨੂ ਕਹਿੰਦੇ ਮੇਰੇ ਮਿੱਤਰੋ ਸਾਹਮਣਾ ਕਰਨ ਤਿਆਰ ਹੈ ਨਵੀਨ ਨਾਮ ਹੈ ਇਹਨੂੰ ਬਣਿਆ ਮੀਨੂ ਮੀਨੂ ਕਹਿੰਦੇ ਮੇਰੇ ਮਿੱਤਰੋ ਮੀਨੂ ਕਹਿੰਦੇ ਪਿੰਡਿਆਂ ਵਾਲਾ ਸਾਹਮਣਾ ਕਰਦਾ ਸਲਾਮਪੁਰ ਪਿੰਡ ਹੈ ਸਾਹਮਣੇ ਯੂਐਸ ਦਾ ਪਿੰਡ ਹੈ ਨਾਲਕੋਟਾ ਪਿੰਡ ਹੈ ਜਿਹੜੇ ਅਮਰੀਕਾ ਵਾਲੇ ਦਾ ਹਾਰ ਕਹਿੰਦੇ ਮੇਰੇ ਮਿੱਤਰੋ ਲਾਲ ਭੰਡੇ ਵਰਗੇ ਬੜੇ ਪ੍ਰਸਿੱਧ ਪਾਰਸ ਦੀ ਚਰਚਾ ਹੈ ਜਿਹੜੇ ਪਾਰਸ ਨੇ ਕਾਸ ਦਾ ਇਹ ਜੱਸੇ ਕੰਦਪੁਰ ਦਾ ਮਾਨ ਸਨਮਾਨ 7 ਅਪ੍ਰੈਲ ਨੂੰ ਪੱਤੀ ਬੱਤੀ ਐਲੀਡੀ ਵਾਲੇ ਕੀਤੇ ਕਹਿੰਦੇ ਉਹ ਭਰਾਵਾਂ ਦਾ ਪਿੰਡ ਹੈ ਆਰ ਕਹਿੰਦੇ ਏ ਸਾਰੇ ਭਰਾਵਾਂ ਨੇ ਵੀ ਦਾਸ ਨੂੰ ਤੇ ਜੱਸੇ ਨੂੰ ਐਲਈਡੀ ਦਿੱਤੇ ਕਹਿੰਦੇ ਮਾਨਸਰਵਾਲ ਚ ਸਾਡਾ ਭਰਵਾ ਪਰ ਦੇਖਾਂਗੇ ਉਧਰ ਖੇਡ ਮੈਦਾਨ ਦੇ ਵਿੱਚ ਔਰ ਨਵੀਂ ਜੱਸੇ ਮਸ਼ਹੂਰ ਹੋਣ ਲਈ ਬਦਨਾਮ ਹੋਣਾ ਪੈਂਦਾ ਪਰਦੇ ਨੂੰ ਚੱਕ ਸ਼ਰਿਆਮ ਹੋਣਾ ਪੈਂਦਾ ਮਸ਼ਹੂਰ ਹੋਣ ਲਈ ਬਦਨਾਮ ਹੋਣਾ ਪੈਂਦਾ ਪਰਦੇ ਨੂੰ ਚੱਕ ਸ਼ਰਿਆਮ ਹੋਣਾ ਪੈਂਦਾ ਬਾਕੀ ਬਾਕੀ ਕਹਿੰਦੇ ਸ਼ਰਿਆਮ ਹੋਣਾ ਪੈਂਦਾ ਬਾਕੀ ਕਹਿੰਦੇ ਸਹੀ ਗੱਲ ਹੈ ਜਿਵੇਂ ਕਹਿੰਦੇ ਪਹਿਲਾਂ ਮੋਦੀ ਬਦਨਾਮ ਹੋਈ ਘੱਗੇ ਵਾਲੇ ਆ ਚਰਚੇ ਵਿੱਚ ਵੀ ਕਹਿੰਦੇ ਬਹੁਤ ਹੋਏ ਆ ਪਰ ਮੈਂ ਤੇ ਕਹਿੰਦੇ ਬਹੁਤ ਤਕੜਾ ਆਉ ਕਹਿੰਦੇ ਖੇਡਾ ਜਾ ਰਹੇ ਆ ਖੇਡਾ ਫੋਟਾ ਕਹਿੰਦੇ ਟਿਕਾਣੇ ਪਾਰਟੀ ਲਾਲਾ ਬਾਕੀ ਪੁਰੀ ਨਰੇਸ਼ਾ ਵੀ ਮੋਦੀ ਕਰੋ ਬਦਨਾਮ ਹੋਗੀ ਸ਼ੀਲਾ ਕਰੋ ਜਵਾਨ ਹੋ ਗਈ ਠੀਕ ਹੈ ਤਾਰਾ ਦਾ ਹਾਰ ਫੁੱਲਾਂ ਦਾ ਕਹਿੰਦੇ ਲੋਕ ਕਹਿੰਦੇ ਕਹਿੰਦੇ ਤੈਨੂੰ ਤਾਰਾ ਦਾ ਪਾਉਂਦਾ ਕਹਿੰਦੇ ਯਾਰ ਦਾ ਵੀ ਪਤਾ ਨੀ ਲੱਗਾ ਕਹਿੰਦੇ ਲੱਗਿਆ ਕਹਿੰਦੇ ਮਿਲ ਗਏ ਇੱਕ ਜਗ੍ਹਾ ਬਹਿ ਜਾਓ ਜੇ ਉਰਾਂ ਪਰਾਂ ਤੈਰਾਕੀ ਮੁਕਾਬਲੇ ਕਰਾ ਦੀ ਰਾਤ ਨੂੰ ਦਾਦੀ ਬੁੜੀਆ ਵੀ ਹੱਸਦਾ ਕਹਿੰਦੇ ਰਾਤੀ ਹੱਸ ਗਿਆ ਬੱਦਲ ਸਿੰਘ ਮਾਨ ਆਉਂਦਾ ਕਹਿੰਦੇ ਤੁਰਿਆ ਇੱਕ ਓਵਰ ਜਿਹੜਾ ਸਭ ਦੇ 11 ਸਕੋਰ ਬਣ ਗਏ ਬਾਈ ਵਿੱਕੀ ਆ ਗਿਆ ਬੋਲਰ ਭਾਈ ਇੱਕ ਤੇ ਇੱਕ 11 ਬੋਲਰ ਵਿੱਕੀ ਹਾਂ ਫਿਰ ਮਾਰੀ ਆ ਵਿੱਕੀ ਦੇਖਦਾ ਹੈ ਯਾਰਾਂ ਦੀ ਫਰਕ ਹੀ ਨਹੀਂ ਚੰਗਾ ਲੱਗਦਾ
ਪਾਵਨ ਜੋ ਧੀਆਂ ਦਾ ਬਾਬਾ ਚਰ ਢਿੱਲੀ ਪਾਲਦਾ ਘਰ ਦੇ ਓਝੀਆਂ ਦਾ ਰੱਖ ਕੇ ਬਨੇਰੇ ਉੱਤੇ ਕਸੀ ਦਾ ਨੀ ਮੰਜਾ ਵੇ ਚੱਕ ਮਈਏ ਬੰਦੇ ਤੋਂ ਪਾਸਾ ਕਿੱਦਾਂ ਚੰਗਾ ਵੇ ਹੋ ਚੱਕ ਮਈਏ ਬੰਦੇ ਤੋਂ ਪਾਸਾ ਕਿੱਦਾਂ ਚੰਗਾ ਵੇ ਨਾ ਬੁਲਾਗੇ ਕਿ ਸਾਲ ਪਾਉਂਗੇ ਤੁਹਾਡਾ ਕਦੇ ਫੇਰ ਤਿਆਰ ਹੋ ਤਿਆਰ ਹੈ ਆਓ ਬੁਲਾ ਕਦੇ ਟਿਕਾਣੀ ਹੈ ਨਾ ਪੈਂਦੀ ਰਾਤ ਆਓ ਬੰਦੇ 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 ਚੈੱਕ ਕਰੋ ਉਹਨਾਂ ਦੀ ਸ਼ੇ ਆਓ ਕਦੇ ਯੋਰ ਬੰਦੇ ਵੀਰੇ ਛੱਕਾ ਕਦੇ ਕਮਾਉਂਦਾ ਜਿਹੜਾ ਕਦੇ ਵਧ ਗਿਆ ਕਾਲਾ ਜਰਾਸੀ ਵਾਲਾ ਖੇਡ ਮੈਦਾਨ ਦੇ ਵਿੱਚ ਕਾਕੂ ਪੂਜਾ ਕਹਿੰਦਾ ਕਿ ਜਿਹੜਾ ਤੇਰੇ ਕੋਲ ਬੈਠਾ ਜੀ ਨੀ ਲੱਗਦਾ ਕਹਿੰਦੇ ਯਾਰੀ ਪੁਰਾਣੀ ਹੈ ਪਹਿਲੀ ਹੈ ਕਹਿੰਦੇ ਮੇਰੇ ਪੁੱਤਰ ਬਾਹਰ ਪਾਉਣੀ ਕਾਲਾ ਜਰਾਸੀ ਪਿੰਡ ਵਾਲਾ ਕਾਲਾ ਕਹਿੰਦੇ ਜਰਾਸੀ ਪਿੰਡ ਵਾਲਾ ਬਾਕੀ ਕਹਿੰਦੇ ਦੁੱਕਦੇ ਕੱਲ ਯਾਰੀ ਕਹਿੰਦੇ ਦੁੱਕਣ ਲੱਗੀ ਸੀਗੀ ਦੁੱਕਦੀ ਮਸਾ ਲਜਾਈ ਹੈ ਤੇ ਢੱਕੇ ਵਾਲੇ ਆ ਉਹ ਗੱਲਾਂ ਹੁੰਦੀਆਂ ਦੇਖਾਂਗੇ ਕਦੇ ਕਮਾਲ ਜਿਹੜੀ ਕਹਿੰਦੇ ਹੋ ਗਈ ਹੈ ਬਾਹਰ ਪਾਉਂਦੇ ਮੁੰਡਾ ਕਹਿੰਦੇ ਫੇਰ ਆਹ ਕਹਿੰਦੇ ਤਿਆਰ ਹੋ ਤਿਆਰ ਮੇਰੇ ਪਿੱਛੋਂ ਕਹਿੰਦੇ ਗੁਰਜੀਤ ਸਿੱਧੂ ਆਇਆ ਹੋਇਆ ਵੀਰ ਕਹਿੰਦੇ ਐ ਟੁਕੜੇ ਚੱਲਦੇ ਇਹ ਵੀ ਹੁੰਦੇ ਆ ਰਾਤ ਕਹਿੰਦੇ ਮੇਰੇ ਵੀ ਅੰਦਰ ਵਾਰ ਅੰਦਰ ਵਾਰ ਇਹਨਾਂ ਚੱਲੀਆਂ ਮੇਰੇ ਮਿੱਤਰੋਂ ਕਹਿੰਦੇ ਜਿੰਦਰ ਜਾਂਦੇ ਸੀਗੇ ਗਰਮੀ ਤੇ ਬਾਹਰ ਕਹਿੰਦੇ ਪੁੱਛ ਲੈ ਭਾਜੀ ਕੀ ਸੀਗੀ ਵੀ ਗੱਲ ਹੋਈ ਹੈ ਬਾਕੀ ਬਾਕੀ ਕਹਿੰਦੇ ਜੇ ਲਵੀ ਗੋਬਿੰਦ ਪੁਰੀਆ ਫੌਜ ਨਾ ਕਰਦਾ ਫਿਰ ਤੇ ਕਹਿੰਦੇ ਵੀ ਗੁਰਜੀਤ ਹੁਣ ਤੱਕ ਕਹਿੰਦੇ ਗੱਲਾਂ ਦੀ ਗੱਲ ਲੱਗ ਜਾਂਦੇ ਸੱਤ ਵੱਜ ਕੇ ਉਣੰਜਾ ਮਿੰਟ ਤੇ ਗਿਆਰਾਂ ਮਿੰਟ ਚ ਤਿੰਨ ਬੰਦੇ ਨਾਲੇ ਕਹਿੰਦੇ ਮੇਰੇ ਵੀਰੋ ਗਿਆਰਾਂ ਮਿੰਟ ਚ ਤਿੰਨ ਬੰਦੇ ਨਾਲ ਕੇ ਗਰਾਊਂਡ ਚ ਪਹੁੰਚੇ ਸੀ ਮੇਰੇ ਵੀਰੋ ਗੱਲਾਂ ਹੋਈਆਂ ਨੇ ਇੱਧਰ ਕਹਿੰਦੇ ਪਹਿਲੀ ਵਾਰ ਇਹ ਗਿਆਰਾਂ ਮਿੰਟ ਦੇ ਕਹਿੰਦੇ ਸਾਬਣ ਘਸਾਉਣ ਲੱਗ ਜਾਂਦੇ ਆ ਇੱਥੇ ਤਿੰਨ ਬੰਦੇ ਲੈ ਕੇ ਗਰਾਊਂਡ ਚ ਪਹੁੰਚ ਗਏ ਗਿਆਰਾਂ ਮਿੰਟਾਂ ਚ ਬਾਕੀ ਹਾਂਜੀ ਕਹਿੰਦੇ ਸਹੀ ਗੱਲ ਹੈ ਸਾਹਮਣੇ ਹੈ ਨੀ ਸੀਗੀ ਬਾਕੀ ਬਰੂਸ ਨੇ ਵੀ ਨੀ ਤਿਆਰ ਹੁੰਦਾ ਹੋਣਾ ਕਹਿੰਦੇ ਇੰਨੇ ਟਾਈਮ ਚ ਨਹੀਂ ਮੈਂ ਤਾਂ ਬਹੁਤ ਅਗੜਾ ਘੱਗਰ ਸਾਹਿਬ ਦੁਨੀਆਂ ਦਾ ਸਭ ਤੋਂ ਸਰਦੀ ਲੱਗ ਦੇ ਇਨਸਾਨ ਨੇ ਬਰੂਸ ਲਈ ਐਨੀ ਕਹਿੰਦੇ ਬਰੂਸ ਲਈ ਇਸੀ ਕਰੀ ਜਿਵੇਂ ਕਹਿੰਦੇ ਜੀ ਗੁਰਜੀਤ ਸਭੀ ਪਰ ਦਾਸ ਲੈ ਕੇ ਪੈਰ ਪੰਪਾ ਵਾਹ ਕਾਸਕੋ ਕ੍ਰਿਕਟ ਦੀ ਕਹਿੰਦੇ ਪਰਥ ਹੈ ਔਰ ਇੱਕ ਸਕੋਰ ਸਿੰਗਲ ਹੈ ਸਿੰਗਲ ਸਕੋਰ ਦੇ ਬਾਅਦ ਕਹਿੰਦੇ ਹੋ ਚੁੱਕੇ ਔਰ ਹਾਂਜੀ ਕਿੰਨੇ ਵਜੇ ਜੀ ਮੈਨੂੰ ਮੁੰਡਾ ਕਹਿੰਦਾ ਚੱਕਦਾ ਮੁੰਡਾ ਚੱਲ ਫਿਰ ਠੀਕ ਹੈ ਮੁੰਡਾ ਪੁੱਛੀ ਚੱਲੋ ਏਰੀ ਏਰੀ ਬੋਲ 24/24 ਲਾਈਵ ਮੈਂ ਆਪਕੋ ਦੇਖ ਕੇ ਜਾਏਗੇ ਅਗਲਾ ਓਵਰ ਕਿਨੇ ਪਾਉਣਾ ਠੀਕ ਬੋਲ ਹੈ ਤੁਹਾਨੂੰ ਓਏ ਓਵਰ ਕਰ ਪਾਉਣਾ ਜੀ ਹਾਂ ਬੋਰੀ ਹੈ ਫਾਈਨਲ ਡੇ 9 ਤਰੀਕ ਦਾ ਜੀ ਖਿਡਾਰੀ ਬਿਲਾਸਪੁਰ ਦੇ ਇਲਾਕੇ ਦਾ ਔਰ ਹਰ ਪਿੰਡ ਦੇ ਕਹਿੰਦੇ ਕੱਪ ਗਏ ਹਾਂ 1,21,000 ਇਹਨੂੰ ਮਾਨ ਸਨਮਾਨ ਦੇ ਉੱਚ ਮਿਲਿਆ ਵੀ ਮੁੰਡਾ ਸਾਡੇ ਪਿੰਡ ਦਾ ਮਾਨ ਹੈ ਗੋਲੀ ਫਤਿਹ ਸਾਂਝੀ ਕਰ ਰਿਹਾ ਕਿੰਨਾ ਜਵਾਨਾ ਬਾਕੀ ਮੁੰਡਾ ਜਿਹੜਾ ਯਮੁਨਾ ਨਗਰ ਦਾ ਕਹਿੰਦੇ ਖਿਡਾਰੀ ਖੇਡ ਮੈਦਾਨ ਦੀ ਗੋਲੀ ਆ ਕਹਿੰਦੇ ਚੰਗਰੌਲੀ ਪਿੰਡ ਦਾ ਬਿਲਾਸਪੁਰ ਦੇ ਇਲਾਕੇ ਦਾ ਔਰ ਦੂਜੇ ਪਾਸੇ ਮੁੰਡਾ ਕਹਿੰਦੇ ਧੂਰੇ ਵਾਲਾ ਕੁਲਵੀਰ ਆ ਔਰ ਜ਼ਿਲ੍ਹੇ ਸੰਗਰੂਰ ਦਾ ਖਿਡਾਰੀ ਮੇਰੇ ਵੀਰੋ ਆਓ ਬੱਲੇ 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 ਪਰ ਫਿਰ ਕਹਿੰਦੇ ਧੂਰੀ ਵਾਲਾ ਨਾਗ ਆਇਆ ਹੋਇਆ ਰਿਸ਼ੀ ਇਹ ਆ ਕਹਿੰਦੇ ਰਿਸ਼ੀ ਧੂਰੀ ਵਾਲਾ ਹਰਮਨ ਧੂਰੀ ਦੇ ਚਰਚੇ ਜਿੱਥੋਂ ਦਾ ਕਾਕਾ ਕਰਮਜੀਤ ਧੂਰੀ ਗਾਉਂਦਾ ਰਿਹਾ ਵੀ ਹੁੰਦੀਆਂ ਸ਼ਹੀਦ ਜੋੜੀਆਂ ਦਾਦੀ ਦੇਖਦੀ ਬੁਰਜ ਉੱਤੋਂ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਜਾਂ ਲਾਉਰੀ ਦਰਬਾਰ ਦੇ ਚਰਚੇ ਹੋਇਆ
ਕਰਮਜੀਤ ਧੂਰੀ ਦੇ ਚਰਚੇ, ਆਇਆ ਮੇਰੇ ਬਿੱਟੂ ਧੂਰੀ ਦੇ ਚਰਚੇ, ਆਇਆ ਮੇਰੇ ਮਿੱਤਰ ਕਦੇ ਜੁਗਤੀ ਵਰਗ ਦੇ ਚਰਚੇ ਹੋਏ ਮੇਰੇ ਵੀਰ ਲਾਲ ਪਿੰਡ ਦੀ ਵਾਰ ਪਰ ਇੱਧਰ ਬੱਲੇ 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 ਹੋਈ ਪਈ ਆ ਤੇ ਸਾਹਮਣੇ ਹਰ ਸਿੰਗਲ ਮੇਰਾ ਮੁੰਡੇ ਨੇ ਕਹਿੰਦੇ ਜ਼ੋਰ ਦਿੱਤਾ ਮੈਨੂੰ ਪਹਿਲੀ ਤੇ ਸਿੰਗਲ ਆਏ ਸੀ ਦੋ ਸਿੰਗਲ ਆਏ ਔਰ ਅਗਲੀ ਬਾਲ ਪਾਉਣ ਲਈ ਕਹਿੰਦੇ ਖੇਡ ਮੈਦਾਨ ਦੇ ਵਿੱਚ ਵੱਡੀ ਵਿਕਟ ਤੇ ਧੂਰਾ ਕਹਿੰਦੇ ਕੁਲਵੀਰ ਜਿਹੜਾ ਬੋਲ ਦਿੱਤਾ ਮੇਰੀ ਜ਼ਿੰਦਗੀ ਦਾ ਮਾਣ ਨੇ ਹਰਪ੍ਰੀਤ ਸਿੰਘ ਸਵਰਨ ਸਿੰਘ ਕੌਣ ਪਿੰਡਾ ਖਾਏ ਗਏ ਠੀਕ ਹੈ ਨਹੀਂ ਆਨੰਦਪੁਰੀਆ ਬੈਠਾ ਇਹੋ ਜਿਹੀ ਚੀਜ਼ਾਂ ਦਾ ਬੜਾ ਸ਼ੌਕੀਨ ਹੈ ਬਾਕੀ ਜਿਹੜੇ ਉਮਰ ਦੇ ਮੇਰੇ ਵੀਰੋ 50 ਦੇ ਕਰੀਬ ਲੱਗੀ ਹੈ ਪਰ ਹਜੇ ਵੀ ਕੀੜੀ ਪਕੌੜਾ ਦਾਲ ਭੁਜੀ ਆ ਮੀਨੂ ਤੋਂ ਮੰਨੂ ਕਹਿੰਦੇ ਮੇਰੇ ਪੁੱਤਰ ਬਾਜੀ ਦੋਤੇ ਆ ਸਦੋਤੇ ਆ ਮੰਨੂ ਗੋਲੀ ਕੌਲ ਦੇ ਚਰਚੇ ਕਹਿੰਦੇ ਗੋਲੀ ਕਹਿੰਦੇ ਮੇਰੇ ਮਿੱਤਰੋ ਇਹਦੇ ਚਰਚੇ ਆ ਸਾਹਮਣੇ ਕਹਿੰਦੇ ਜਿਹੜਾ ਮੁੰਡੇ ਨੇ ਕਹਿੰਦੇ ਜ਼ੋਰ ਦਿੱਤਾ ਆਪਣੀ ਟੀਮ ਦੇ ਲਈ ਸਲਾਮਪੁਰ ਪਿੰਡਾਂ ਕਹਿੰਦੇ ਕੁਰਸ਼ੇਤਰ ਦੇ ਲਾਗੇ ਸ਼ੋਤਾ ਦਾ ਪਿੰਡਾ ਤੇ ਸਰਪੰਚ ਕਹਿੰਦੇ ਆਦਮਪੁਰ ਦਾ ਬਣਦਾ ਉਹ ਪਿੰਡ ਦੇ ਵਿੱਚ ਆ ਆਇਆ ਤੇ ਰੋਹਿਤ ਵੀ ਮੈਨੂੰ ਲੱਗਦਾ ਚਮਕਦਾ ਨੀ ਪਰ ਹਲੇ ਇਹਦਾ ਸ਼ੌਕ ਇਹ ਰਣ ਕਹਿੰਦੇ ਟਿੱਕਰੋ ਵੱਧ ਜਾਂ ਵੀ ਚਾਚਾ ਜੀ ਮੁੰਡੇ ਨੇ ਕਹਿੰਦੇ ਕਰ ਦਿੱਤੇ ਆਪਣੀ ਟੀਮ ਦੇ ਲਈ ਲਓ ਬਾਕੀ ਆਪਣੀ ਟੀਮ ਲਈ ਕਹਿੰਦੇ ਇੱਕ ਸਕੋਰ ਦੇ ਕਹਿੰਦੇ ਵਧੇ ਜਿਹੜੇ ਕਰ ਦਿੰਦੇ ਆ ਨਗਰੀਆਂ ਤੋਂ ਸਵੀਕਾਰ ਚਲਾ ਦੇ ਸਾਊਂਡ ਵਾਲੇ ਆ ਡਾਕਟਰ ਬਾਜੀ ਹੈ ਤੇਰੀ ਬੰਦ ਕਰਦੇ ਆਪਾਂ ਹਾਂ ਪਤਾ ਲੱਗਣਾ ਚਾਹੀਦਾ ਜਸ਼ਨ ਦੀ ਸ਼ੌਰ ਲੱਗੀ ਹੋਈ ਹੈ ਬਾਕੀ ਬਾਕੀ ਜਸ਼ਨ ਵੀਰ ਆ ਸਾਡਾ ਬੜਾ ਧੰਨਵਾਦ ਹੈ ਬਾਕੀ ਉੱਧਰ ਕਹਿੰਦੇ ਹਾਂ ਪੰਜ ਸਕੋਰ ਉੱਤੇ ਗੋਲੀ ਨੇ ਕਹਿੰਦੇ ਇੱਕ ਵਿਕਟ ਆਊਟ ਕਰੀ ਹੈ ਐ ਤਾਂ ਕਹਿੰਦੇ ਗੋਲੀ ਹੈ ਸਾਡਾ ਵੀਰ ਕਮਾਲ ਕਰ ਗਿਆ ਮੁੰਡਾ ਮੇਰੇ ਵੀਰ ਆਓ ਜੀ ਬੇਨਤੀ ਹੈ ਭਰਾ ਬਣ ਕੇ ਕਿੰਨੇ ਪਾਉਣਾ ਪਾਈਏ ਸ਼ਰੀਏ ਨਾਲ ਬੇਨਤੀ ਹੈ ਵਿੱਚੇ ਉਹਦਾ ਕਰਨਾ ਕਿਹਾ ਬਾਈ ਹਾਂ ਬਿਸਕੁਟ ਦੇ ਪੈਕਟ ਲੈ ਲਈਏ ਸਹੇਲੀ ਦੇ ਛੱਡ ਕੇ ਯਾਰ ਨੂੰ
ਝੂਠ ਕਹਿਣਾ ਹਾਲ ਤੱਕ ਕੋਈ ਟੂਰਨਾਮੈਂਟ ਨਹੀਂ ਹੈਗਾ ਇੱਕ ਵੀ ਇਸ ਟੂਰਨਾਮੈਂਟ ਨੂੰ ਛੱਡ ਕੇ ਠੀਕ ਹੈ ਚਾਹ ਲਿਆ ਕੋਠੀ ਚਬਰ ਪੀ ਲਿਓ ਜਿਤਨੀ ਮਰਜ਼ੀ ਪੀ ਲਿਓ ਚਾਹੇ ਬਿਸਕੁਟ ਮੁੱਕ ਗਏ ਦੁੱਧ ਬਸ ਰੋਟੀ ਰੋਟੀ ਖਾ ਲਈ ਢਾਈ ਨਦੀ ਔਰ ਪਾਣੀ ਪੀਣਾ ਜਿਵੇਂ ਪੀਣਾ ਜਾਂ ਠੰਡੀ ਦਾ ਦੇ ਦਿਓ ਹਾਂ ਕੁਰਸੀਆਂ ਵਗੈਰਾ ਰੱਖ ਦੇਣੀ ਜਿਵੇਂ ਕਹਿੰਦੇ ਮੇਰੇ ਬੰਦੋ ਸਦੀ ਬਾਅਦ ਛੱਡੀਆਂ ਹੁੰਦੀਆਂ ਨੇ ਹਾਂ 14 ਕਮੇਟੇ ਦੇ ਫੋਟੋ ਨੇ 13 ਕਮੇਟੇ ਦੇ ਕਮੇਟੀ ਸਿੱਧੂ ਜੀ ਹਾਵਾ ਜੀ ਸਾਗਰ ਕੋ ਹਾਂ ਅਲੇ ਮੂ ਦੂਜੇ ਪਾਸੇ ਕਰ ਦਿਆ ਮੈਂ ਸਿੱਖ ਸਾਗਰ ਤੇ ਬੁਲਾ ਲਿਆ ਤੇ ਦੁੱਤੀ ਆ ਗਈ ਬਾਈਕ ਵਾਲੀ ਦੀ ਬਾਤ ਠੀਕ ਹੈ ਵੱਡੇ ਭਾਈ ਜਿਹੜਾ ਵੱਡਾ ਭਾਈ ਕਹਿੰਦਾ ਨਾ ਹੋਰ ਕਿਹਨੇ ਬਣਾ ਜੀ ਰਿਸ਼ੀ ਧੂਰੀ ਵਾਲਾ ਧੂਰੀ ਸ਼ਹਿਰ ਵਾਲਾ ਨਾ ਦੇਖੇਗੇ ਕਿਹਨੇ ਰਿਸ਼ੀ ਕਿਹਨੇ ਬਲ ਪਾਉਂਦੀ ਕਿਹਨੇ ਤਿਆਰ ਤੋਂ ਤਿਆਰ ਆ ਮੇਰੇ ਵੀਰੋ ਆ ਮੁੰਡਾ ਵੀ ਕਿਹਨੇ ਧੂਰੀ ਵਾਲਾ ਕਿਹਨੇ ਰਿਸ਼ੀ ਆ ਇੱਕ ਇੰਡੀਆ ਦਾ ਓਪਨਰ ਇੱਕ ਵਾਰ ਹਾਂ ਲੋਕੀ ਕਹਿੰਦੇ ਮੈਨੂੰ ਜਦੋਂ ਚਲਾ ਤਕੜਾ ਪਰ ਮੈਂ ਕਹਿੰਦੇ 43-44 ਮੈਚ ਬੋਲਦੇ ਹੋ ਤੱਕਾ ਆਹੀ ਬੋਲਿਆ ਕਹਿੰਦੇ ਛੱਕਾ ਮਾਰਨਾ ਦੂਜੀ ਗੱਲਤਾ ਬੰਦਾ ਕਰੇ ਕਰੇਗੀ ਲਾ ਉਹ ਦੇਖੇ ਬਾਹਰ ਕਹਿੰਦੇ ਪੈ ਗਈ ਹੈ ਔਰ ਕਹਿੰਦੇ ਖੇਡਿਆ ਸ਼ਾਰਟ ਹੈ ਔਰ ਸਿੰਗਲ ਸਕੋਰ ਮੁੰਡਾ ਕਰੇ ਜੋੜ ਗਿਆ ਹਾਂ ਪਾਸ ਹੈ ਰਨ ਸਿੰਗਲ ਦੇ ਵਾਧੇ ਕਰ ਜਾਂਦੇ ਰੋਹੀ ਨੂੰ ਖੇਡ ਮੈਦਾਨ ਦੇ ਵਿੱਚ ਔਰ ਅਗਲੀ ਵਾਰ ਰਿਸ਼ੀ ਫਿਰ ਚਾਰ ਚਾਰ ਦੂਜੇ ਪਾਸੇ ਪ੍ਰਾਂਜਲ ਇੱਕੋ ਜਿਹਾ ਰੰਗ ਹੈ ਇੱਕੋ ਗੇਮ ਹੈ ਇੱਕੋ ਜੀ ਕਹਿੰਦੇ ਕਿੱਡ ਪਾਈ ਹੋਈ ਹੈ ਪਰ ਇੱਕ ਰੰਗ ਨੇ ਢਿੱਡ ਮੋਟਾ ਇੱਕ ਦਾ ਪਤਲਾ ਇੱਕ ਦੀ ਉਮਰ ਵੱਡੀ ਹੈ ਇੱਕ ਦੀ ਛੋਟੀ ਹੈ ਪਰ ਕਾਸਕੋ ਕਰਗੜਨਾ ਕਹਿੰਦਾ ਲੈ ਵੀ ਦੱਸੇ ਪਿਸਟਲ ਸਾਹਮਣੇ ਇੱਕ ਪਾਸੇ ਨਾਗ ਦੂਜੇ ਪਾਸੇ ਪਿਸਟਲ ਲਾਓ
ਕੱਲ ਬਣੂ ਤੇ ਬਣੂ ਕੀ ਇਹ ਟਾਈਮ ਰਸੂ ਰਾਜੀ ਰਾਜੀ ਕਹਿੰਦੇ ਟਾਈਮ ਰਸੂ ਕਹਿੰਦੇ ਮੇਰੇ ਵੀਰੋ ਲੋ ਪਰੰਜਲਾ ਕਹਿੰਦੇ ਕਸੂਤਰ ਵਾਲਾ ਬਾਲ ਪੌਂਗਲੀ ਕਹਿੰਦੇ ਰਿਸ਼ੀ ਮੇਰੇ ਮਿੱਤਰੋ ਪੜਾਓ ਦੇਖ ਲੈ ਕਹਿੰਦੇ ਐ ਦੁਸਤਰੇ ਕਾਲੀ ਕਾਲੀ ਕਹਿੰਦੇ ਬੜੀਆ ਬੜੀਆ ਦੇਖ ਦੇਖਣਾ ਧਿਆਨ ਥੋੜਾ ਜਿਹਾ ਔਰ ਮੁੰਡਾ ਕਹਿੰਦੇ ਕਮਾਲ ਜਿਹੜੀ ਕਹਿੰਦੇ ਕਰ ਗਿਆ ਰਿਸ਼ੀ ਪੌਂਗਲੀਆਂ ਕਹਿੰਦੇ ਬਣਾ ਪਾਰੇ ਮੇਰੇ ਵੀਰੋ ਇਹਨਾਂ ਕਹਿੰਦੇ ਧੂਰੀ ਵਾਲਾ ਨਵੀਆਂ ਤੋਂ ਧੱਗਿਆ ਰਿਹਾ ਇਹਦਾ ਵੀ ਕਹਿੰਦੇ ਸ਼ਿਕਾ ਚੱਲਿਆ ਸ਼ਿਕਾ ਕਹਿੰਦੇ ਧੂਰੀ ਵਾਲੇ ਦਾ ਇਹ ਵੀ ਕਹਿੰਦੇ ਕਹਿ ਕੇ ਸ਼ੱਕੇ ਨਾਲ ਰਿਹਾ ਕਹਿੰਦੇ ਆਪਣੇ ਟਾਈਮ ਦੇ ਵਿੱਚ ਜਦੋਂ ਕਹਿੰਦੇ ਲਾਈਵ ਘੱਟ ਹੁੰਦੀ ਸੀਗੀ ਇਹਨੇ ਉਹ ਟਾਈਮ ਚ ਬੰਦੇ ਬਲੇ ਕਰਵਾਈ ਸਾਲ ਪਾਤਲਾਂ ਦੇ ਵਿੱਚ ਕਹਿੰਦੇ ਮੇਰੇ ਵੀਰ ਆਹ ਮੁੰਡੇ ਨੇ ਥੱਲੇ ਬਲੇ ਕਰਾ ਕੇ ਰੱਖੀ ਆ ਔਰ ਕਹਿੰਦੇ ਸਾਹਮਣੇ ਗਾਬਾ ਜੀ ਆਪਣੇ ਏਰੀਏ ਦਾ ਆਪਣੇ ਇਲਾਕੇ ਦਾ ਆਉਣ ਵਾਲੇ ਟਾਈਮ ਦਾ ਇੱਕ ਵਧੀਆ ਖਿਡਾਰੀ ਬਣੂਗਾ ਪਰਾਂਜਲ ਬਲੇ ਬਲੇ ਕਰਾਉਂਦਾ ਕਹਿੰਦੇ ਵੱਡਾ ਬਣ ਗਿਆ ਛੋਟਾ ਪੰਡ ਵੱਡਾ ਧਮਾਕਾ ਸਿੰਗਲ ਆਗੇ ਕਹਿੰਦੇ ਪਾਰਸ ਤਿਆਰੀ ਫੜਦਾ ਆਉਣੇ ਅੰਕੁਰ ਦਾ ਪਿਆਰ ਅਮੂ ਪੁਰੀ ਅਗਰ ਨਾਮ ਨੇ ਕਹਿੰਦੇ ਸੋਨੇ ਦਾ ਕੜਾ ਪਾ ਕੇ ਮਾਨ ਸਨਮਾਨ ਕੀਤਾ ਅੰਕੁਰ ਦੇ ਕੱਪ ਤੇ ਆ ਪ੍ਰੇਰ ਦਾ ਇਹ ਕਹਿੰਦੇ ਪਾਰਸ ਖੇਡ ਮਨਾ ਦੇ ਕਰਾਊ ਬੰਦੇ ਬੰਦੇ ਜਾਂ ਨਾ ਗੱਲ ਟੈਮ ਦੀ ਆ ਗੱਲ ਸਮੇਂ ਦੀ ਆ ਭਾਈ ਵਾਲ ਕਹਿੰਦੇ ਪਾਸ ਮੇਰੇ ਮਿੱਤਰੋ ਕਹਿੰਦੇ ਸਲਾਰਪੁਰ ਦੇ ਧਰਤੀ ਨਾਲ ਔਰ ਕਹਿੰਦੇ ਛੇ ਜੁੜ ਗਏ ਹੈ ਪੰਜ ਓਵਰ ਹਾਂ 61 ਕਾਟ ਹੋ ਗਏ ਉੱਤਰਾਖੰਡ ਤੋਂ ਆ ਗਏ ਨਾ ਮੇਰੇ ਵੀਰੋ ਉੱਤਰਾਖੰਡ ਤੋਂ ਹੈਪੀ ਸਮਾਣੇ ਵਾਲਾ ਵੀਰ ਹੈ ਭਰਾ ਸਾਡਾ ਧੰਨਵਾਦ ਲੈ ਦੇਖੇਗੇ ਬਾਲ ਪੌਂਗਲੀ ਮੁੰਡਾ ਕਹਿੰਦੇ ਤਿਆਰ ਹੈ ਕਹਿੰਦੇ ਖੇਡ ਉਹਨਾਂ ਵਿੱਚ ਮੇਰੀ ਵੀਰੋ ਬਾਲ ਪੌਂਗਲੀ ਮੁੰਡਾ ਕਹਿੰਦੇ ਰਹਿੰਦਾ ਆਓ ਸਾਹਮਣੇ ਦੇਖਾਂਗੇ 35 ਬੰਦੇ ਔਰ ਕਮਾਲ ਜੀ ਕਹਿੰਦੇ ਵਧੀ ਹੈ ਪਰ ਬਾਲ ਕਹਿੰਦੇ ਰਾਈਡ ਅੰਪਾਇਰ ਨੇ ਕਹਿੰਦੇ ਇਸ਼ਾਰੇ ਕਹਿੰਦੇ ਕਰਦੇ ਹੈ ਵੀ ਬਾਲ ਕਹਿੰਦੇ ਰਾਈਡ ਹੈ ਬਾਲ ਪੌਂਗਲੀ ਮੁੰਡਾ ਕਹਿੰਦੇ ਹੋਰ ਔਰ ਮੇਰੇ ਮਿੱਤਰੋ ਕਹਿੰਦੇ ਤਿਆਰ ਦਾ ਤਿਆਰ ਹੈ ਸਾਹਮਣੇ ਕਹਿੰਦੇ ਤੁਰੰਜਲ ਮੁੰਡਾ ਕਹਿੰਦੇ ਕੁਸ਼ਪੁਰ ਦੀ ਧਰਤੀ ਹੈ ਸਾਹਮਣਾ ਕਰਦਾ ਕਹਿੰਦੇ ਖੇਡ ਉਹਨਾਂ ਵਿੱਚ ਮਾ 35 ਬੰਦੇ ਕਰਾਓ ਤੁਰੰਜਲ ਬੱਲੇ ਬੱਲੇ ਮਾਸਟਰ ਜੀ ਕਹਿੰਦੇ ਬਾਲਾ ਪਾ ਰਿਹਾ ਕਹਿੰਦੇ ਮੇਰੇ ਵੀਰੋ ਔਰ ਕਿਤਾ ਹੈ ਜੀ ਕਹਿੰਦੇ ਨੌ ਨਹੀਂ ਜਾਂਦਾ ਪਿੱਛੇ ਸਾਡੀ ਸਾਡੀ ਕਹਿੰਦੇ ਕਮਾਲ ਜਿਹੜੀ ਕਹਿੰਦੇ ਹੋ ਗਈ ਹੈ ਔਰ ਕਹਿੰਦੇ ਇੱਕ ਵੱਡੇ ਵਿਗੜ ਕਹਿੰਦੇ ਮੋਰ ਦਿੰਦੀ ਹੈ ਪਰੰਟਰ ਵੀ ਮੋਰਦਾ ਮੇਰੇ ਵੀਰੋ ਕੋਈ ਖਾਸ ਨਹੀਂ ਕੀਤਾ ਮੁੰਡੇ ਨੇ ਬਾਹਰ ਦੇਖੇਗੇ ਕਹਿੰਦੇ ਬਾਲ ਪੌਂਗਲੀ ਕਹਿੰਦੇ ਫੇਰ ਖਿਡਾਰੀ ਕਹਿੰਦੇ ਤਿਆਰ ਬੰਦੇ ਹਾਰਾਂ ਦੇ ਘੰਟੇ ਪਿੰਡ ਵਾਲਾ ਦੇ ਖੜ ਗਈ ਬਾਲ
ਪਰ ਜਿਹੜਾ ਕਹਿੰਦੇ ਵਿਕਾਸ ਇਹਨੂੰ ਦੁਨੀਆ ਧੰਨਾ ਕਹਿੰਦੇ ਮੇਰੇ ਵੱਲੋਂ ਔਰ ਧੰਨੇ ਦੀ ਪੂਰੀ ਚਰਚਾ ਔਰ ਦੇਖਾਂਗੇ ਸਾਹਮਣੇ ਮਾਸਟਰ ਜੀ ਕਹਿੰਦੇ ਮਾਲਾ ਪਾ ਰਿਹਾ ਰਜਨੀ ਸਾਹਿਬ ਜਸ਼ਨ ਕਹਿੰਦਾ ਸੀਗਾ ਵੀ ਭਾਜੀ ਪਿੱਛੇ ਟਾਵਰ ਰਾਜ ਕਰਦੀ ਹੈ ਉਹੀ ਗੱਲ ਹੋ ਗਈ ਸੀ ਅੱਗੇ ਵਾਲੇ ਜਿਵੇਂ ਕਹਿੰਦਾ ਵੀ ਤਾਰੀ ਜਜਵੰਤਾਂ ਨੂੰ ਕਾਬੂ ਰੱਖ ਹਾਂਜੀ ਸੋਨੂੰ ਬਾਈ ਕਿਆ ਹਾਲ ਚਾਲ ਜੀ ਕੀ ਹੋ ਗਿਆ ਬਾਕੀ ਬਾਕੀ ਸ਼ੁਕਰ ਹੈ ਮਾਲਕ ਦਾ ਐ ਦੁਪਹਿਰ ਕੋਲ ਮੁੜ ਕੇ ਆਇਆ ਨਾ ਦੇਖੇਗੇ ਬਾਹਰ ਪੁੰਡ ਜੀ ਦੇ ਫੇਰ ਖਿਡਾਰੀ ਕਿਤੇ ਤਿਆਰ ਬੰਦੇ ਆ ਰਿਹਾ ਹੈ ਸਾਹਮਣੇ ਕਿਤੇ ਤ੍ਰਿਦੋਰ ਸਿੰਘ ਦੇ ਬਾਂਦਰ ਦੇ ਮੁੰਡਾ ਕਹਿੰਦੇ ਕਮਾਲ ਦੀ ਬਾਲਾ ਪਾ ਗਿਆ ਮੇਰੀ ਵੀਰ ਕਮਾਲ ਕਹਿੰਦੇ ਕਰਦੀ ਹੈ ਆਗਾ ਕਹਿੰਦੇ ਲਵੀਨ ਕੋਈ ਲਵੀਨ ਕਹਿੰਦਾ ਕੋਈ ਲਵੀਸ ਕਹਿੰਦਾ 62 ਹਾਂ ਕਿੰਨੇ ਸਕੋਰ ਹੋ ਗਏ ਜੀ ਵਾਈਟ ਵਾਈਟ ਗਾਇਆ ਹਾਂਜੀ ਵੀ ਦੇਖੋ ਨਾ ਬਾਟੀ ਤਾਂ ਬਾਟੀ ਬਾਹਰ ਸਕੋਰ ਕਿਹੜੇ ਬਣ ਗਿਆ ਬਾਹਰ ਸਕੋਰ ਕਿਹੜੇ ਬਣ ਗਿਆ ਕਹਿੰਦੇ ਖੇਡ ਦੇ ਮੈਦਾਨ ਵਿੱਚ ਵੀਰੋ ਨਾਉ ਦੇਖੇ ਕਿਹੜੇ ਕਮਾਂਡ ਦੀ ਹੋ ਗਿਆ ਬਾਹਰ ਸਕੋਰ ਕਿਹੜੇ ਬਣ ਗਿਆ 4 ਤਾਂ ਇਸੀ ਹੋ ਗਿਆ ਸਾਰੀ ਵਾ 7 ਵਿਕਟਾਂ ਹੋ ਗਿਆ ਜੀ ਹਾਂ ਵਾਹ ਜੀ ਵਾਹ ਕਹਿੰਦੇ 7 ਵਿਕਟਾਂ ਹੋ ਗਈਆਂ ਕਹਿੰਦੇ ਮੈਨੂੰ ਐ ਲੱਗਦਾ ਕਹਿੰਦੇ ਟੀਮ ਆਈ ਲੇਟ ਆ ਜਾਊਗੀ ਸਦਰੇ ਗੱਲਾਂ ਹੋਣਗੀਆਂ ਤੇ ਗਾਣੇ ਬਾਲ ਪਾਉਣ ਦੇ ਮੁੰਡਾ ਪੁੱਠੀ ਟੋਪੀ ਆ ਲਓ ਪੰਜੀ ਵਾਲ
ਬਾਪੂ ਜੀ ਬੈਂਕੇ ਵਿੱਚ ਜੋਬ ਕਰ ਰਹੇ ਆ, ਇਹ ਕਹਿੰਦੇ ਮੇਰੇ ਵੀ ਵਿਹਲਾ ਰਹਿੰਦਾ, ਕਹਿੰਦਾ ਗੋਲ ਕਰੀਏ ਮਾਪਿਆਂ ਨੇ ਸ਼ੌਂਕ ਨੂੰ ਛਡਾਇਆ ਵੀ ਪੁੱਤ ਨੂੰ ਖੇਡਿਆ ਕਰ, ਕ੍ਰਿਕਟ ਦਾ ਪਲੇਅਰ ਬਣਦਾ ਵਧੀਆ ਜਾ। ਔਰ ਦੇਖਾਂਗੇ ਬਾਲ ਪਾਉਣੇ ਫੇਰ ਕਹਿੰਦੇ ਪਿਆਰ ਵਰ ਪਿਆਰਾ ਮੁੰਡਾ ਪੈਂਦੀ ਆਣੇ ਵਾਲਾ ਕਮਾਲ ਹੋਈ ਜਾਂਦੀ ਆ ਦੁਨੀਆ ਕ੍ਰਿਕਟ ਤੇ ਬਿਆਲ ਹੋਈ ਜਾਂਦੀ ਹੈ, ਬਿਆਲ ਹੋਈ ਜਾਂਦੀ ਹੈ ਕਿਤੇ ਦੁਨੀਆ ਕ੍ਰਿਕਟ ਤੇ ਕਿਤੇ ਬਿਆਲ ਹੋਈ ਜਾਂਦੀ ਹੈ। ਗੱਲਾਂ ਹੁੰਦੀਆਂ ਮੇਰੇ ਵੀ ਆਓ ਦੇਖੀਏ ਕਿਤੇ ਸਿੰਗਲ ਸਕੋਰ ਵੱਡਾ ਕਿਤੇ ਜੋੜ ਗਿਆ ਚਾਰ ਹੋਵੇ ਵੀ ਲੱਗਿਆ ਬਿੱਟੇ ਵਧੀਆ ਵਧੀਆ ਪਾਰਸ ਵਧੀਆ ਖਿਡਾਰੀ ਕਿਹਦੇ ਪਿਆਰ ਪਿਆਰਾ ਮੇਰੇ ਮਿੱਤਰੋ ਕਿਹਦੇ ਤੁਹਾਡਾ ਕਿਹਦੇ ਬੰਦਾ ਭਾਰਿਆ ਖੇਡ ਮਾਰ ਚ ਲਾਓ ਸਮੇ ਕਿਹਦੇ ਮੇਰੇ ਮਿੱਤਰੋ ਕਿਹਦੇ ਪਾਸ ਤੁੱਕੀ ਕਰਦਾ ਉਹ ਕਹਿੰਦਾ ਵੀਰੇ ਦੀਆਂ ਬਾਲਾਂ ਭੇਜਿਆ ਆ ਟਪਾ ਦੇਣੀ ਆਪਾਂ ਇੱਕ ਕਹਿੰਦੇ ਟਾਰਗੇਟ ਵੱਡਾ ਕਹਿੰਦੇ ਸਿੱਧ ਕਰ ਦੇਣੇ ਗੱਲ ਪੱਕੀ ਹੈ ਨਾ ਬਾਹਰ ਪਾਉਣ ਲਈ ਕਹਿੰਦੇ ਫੇਰ ਵੱਡਾ ਕਹਿੰਦੇ ਵਧਿਆ ਹੋਇਆ ਔਰ ਬਾਲਾਂ ਕਹਿੰਦੇ ਪਾੜੇ ਆ ਸਾਹਮਣੇ ਕਹਿੰਦੇ ਪਾਰਸ ਹੈ ਪੰਗੀ ਬਾਲ ਬੜੀਆ ਬਿੱਟੇ ਬਹੁਤ ਵਧੀਆ ਪਾਰਸ ਬਣਾਈ ਪੂਜਾ 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 ਅਗਲਾ ਸਿੱਕਾ ਆ ਬਾਲ ਤੇ ਔਰ ਰੁਪਈਆ ਕਹਿੰਦੇ ਏ ਵੀ ਐਸ ਐਸ ਸਟੇਡੀਅਮ ਰੋਡ ਵਾਲੇ ਭਰਾ ਵੱਲੋਂ 1100 ਦਾ ਕਿਸੇ ਵੀ ਜਵਾਕ ਨੇ ਜਾਂ ਖਿਡਾਰੀ ਨੇ ਘਰੇ ਨੀ ਦੇ ਕੇ ਜਾਣੀ ਬਾਲ ਨੌਂ ਤੇ ਕਿਹਨੂੰ ਆਇਓ ਸਾਰੇ ਨੂੰ ਕਹਿੰਦੇ ਜੇਬਾਂ ਭਰ ਕੇ ਰਵਾਂਗੇ ਬਾਲਾਂ ਕੋਈ ਚੱਕਰ ਨਹੀਂ ਪਰ ਕਿਸੇ ਨੇ ਬਾਲ ਦੀ ਚੱਕਰੀ ਭਰਾ ਹੋਣ ਕੇ ਨੋਟ ਕਰ ਦਿਓ ਬਾਕੀ ਕੱਲ ਬੜੀਆਂ ਖਤਮ ਸਵਾਦ ਹੈ ਸਵਾਦ ਹੈ ਸਵਾਦ ਹੈ
ਸਕੋਰ ਬਾਈ ਸਕੋਰ 38 ਸਕੋਰ ਖਾ ਗਿਆ ਕਹਿੰਦੇ ਮੇਰੇ ਵੀਰੋ ਇੱਕ ਛੱਕਾ ਵਾਈਡ ਬਹੁਤ ਬਾਲ ਪਾਉਂਗੇ ਮੁੰਡਾ ਕਹਿੰਦੇ ਫੇਰ ਤਿਆਰ ਹੈ ਬਾਲ ਪਾਉਂਗੇ ਕਹਿੰਦੇ ਵਾਧਾ 35 ਰਨ ਤੇ ਆਹ ਕਮਾਲ ਜਿਹੜੀ ਹੋ ਗਈ ਹੈ ਮੁੰਡਾ ਕਹਿੰਦੇ ਟੌਕਰੀ ਵੱਲ ਪੈ ਗਿਆ ਮੇਰੇ ਮਿੱਤਰੋ ਕਹਿੰਦੇ ਬਾਲ ਪਾਉਂਗੇ ਕਹਿੰਦੇ ਫੇਰ ਗੱਭਰੂ ਕਹਿੰਦੇ ਵਾਧਾ ਖਾਲੀ ਸਿੰਗਲ ਬੀਟ ਕਿਵੇਂ ਜਿੱਤ ਗਿਆ ਬੰਦਾ ਜਿਹੜਾ ਤੇਰੇ ਨਾਲ ਹੈਗਾ ਤੇਰੇ ਵਰਗ ਨਿਆਣਵਾਂ ਦਾ ਟਾਰਗੇਟ ਆ ਬਾਈ ਅਰੇ ਯਾਰ ਪਤਾ ਇੱਕੋ ਸ਼ੂਟ ਮਾਰ ਇੱਕੋ ਬੋਲ ਪਾਉਂਦਾ ਰਿਜ਼ਲਟ ਆ ਗਿਆ ਕਿੱਥੇ ਪਏ ਝੁੰਗਰੂ ਜੀ ਕੌਣ ਥਾ।
ਬਾਈ ਸਾਇਲੈਂਟ ਕਰੋ ਯਾਰ। ਹਾਂ ਵੀ ਜਿਹੜਾ ਕਾਲਾ ਕਹਿੰਦੇ ਬਾਲ ਚੱਕ ਲਿਆ ਬਾਈ ਵਾਹ, ਇਧਰੋਂ ਰਾਜਾ ਰਾਜਸਥਾਨੀ ਆਇਆ ਐਂਟੀ ਪਾਰਟੀ ਕਮੇਟੀ ਦਾ ਫਾਇਦਾ ਦੇਗਾ ਟੂਰਨਾਮੈਂਟ ਇਸਮਾਲਾਬਾਦ ਚ ਇੱਕ ਹੋਰ ਚਾਹ ਦੀ ਬਾਈ, ਬਾਈ ਚਾਹ ਦੀ ਬੱਚੇ ਨਖਰੇ ਪਵਾ ਦਿੰਦੇ ਬੇਟੇ, ਕਿਆ ਆ ਗਿਆ ਪਾਣੀ ਬਾਈ ਘੱਟ ਗੱਲਾਂ ਕਰੋ ਯਾਰ, ਦੁਕਾਨ ਕਰਕੇ ਪ੍ਰਾਂਜਲ ਬਾਲ ਪਾਉਂਦੇ ਵਧੀ ਹੋਈ ਵਧੀਆ ਜੀ ਆਰਜੀ ਚੌਹਾਨ ਆਪਣੇ
ਜੇ ਕਰਮ ਨੇ ਧੋਖਾ ਕੀਤਾ ਨਾ ਵਧੀਆ ਜੀ ਲਾਈ ਮੁਲਤਾਨੀ ਕਿਆ ਹਾਲ ਚਾਲ ਹੈ ਬਰਾਈ ਸਾਹਿਬ ਗੱਲਾਂ ਨੀ ਦੇਖੀ ਤੋਲ ਤੋਲ ਕੇ ਬੋਲਦਾ ਗੱਲਾਂ ਵਧੀਆ ਜੀ ਸੁਖਵੀਰ ਜੀ ਡੱਡ ਨਹੀਂ ਦਿੰਦੇ ਪਾਸ ਫੇਰ ਵਧੀਆ ਸਾਹਮਣੇ 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 ਹੁਣ ਆ ਗਿਆ ਗੋਗ ਵਾਲਾ ਮਿੱਤਰੋ ਝੋਟੇ ਗੁੱਟ ਆ ਗਿਆ ਐਵੇਂ ਤਾਰੇ ਤੂਰੇ ਝੋਟੀਆਂ ਗੁੱਟ ਹੈ ਝੋਟੀਆਂ ਗੁੱਟ ਆ ਸੋਨੂ ਸਮਿਤਪੁਰ ਕਿਆ ਹਾਲ ਹੈ ਯਾਰ ਸਮਿਤਪੁਰ ਯਾਰ ਕੰਟਰੋਵਰਸਿਟੀ ਤੋਂ ਬਹੁਤ ਦੂਰ ਰਹਿੰਦਾ ਸਾਰੇ ਲਾਈ ਵਾਲੂ ਬਰਾਬਰ ਸਮਝਦੇ ਭਰਾ ਵਾਹ ਓਏ ਪਾਰਸ ਤਗੜੀ ਬੋਲ ਹੈ ਯਾਰ ਬਹਿਮ ਹੀ ਕਰੀ ਬਹਿਮ ਹੀ ਕਰੀ ਦੇ ਨਾਲ ਉਹ ਬੰਦ ਬਣਾ ਤੇ ਬੰਦ ਸੱਟ ਲਾਉਂਦਾ ਆਪਣੇ ਨਾਲ ਕਹਿੰਦਾ ਹਜ਼ਾਰ ਬੰਦਾ ਨੀ ਜੁੜਦਾ ਮੈਂ ਉਹਦੇ 5000 ਦੀ ਸੋਚੀ ਬੈਠੇ ਆ ਸਮਝਾ ਇਹਨੂੰ ਸਮਝਾ ਵਧੀਆ ਵੀਰੇ ਸਤੀਸ਼ ਗਿੱਲ ਠੇਕੇਦਾਰ ਬੱਲੇ ਬੱਲੇ
ਆਪਣਾ ਬੱਚਾ ਸਿਖਾਇਆ ਹੋਇਆ ਆਪਣਾ ਟੈਂਸ਼ਨ ਨਹੀਂ ਲੈਣੀ। ਪਰ ਉਸਤਾਦ ਨਾਲ ਪੰਗੇ ਲੈਣਾ ਗਲਤ ਹੈ ਨਾ। ਉਸਤਾਦ ਉਸਤਾਦ ਹੁੰਦਾ, ਕੇਲਾ ਕੇਲਾ ਹੁੰਦਾ, ਅੰਬ ਅੰਬ ਹੁੰਦਾ। ਵਹਿਮ ਹੀ ਕਰੀ ਦੇ ਬਸ, ਦੂਰ ਨੀ ਹੁਣ ਬੋਲੂਗਾ। ਰੁਕ ਜਾ, ਇੱਕ ਚੌਕਾ ਚੱਕਰ ਲੱਗਣ ਦੇ, ਗੱਲ ਬੋਲੂਗਾ। ਤੁਸੀਂ ਸੋਚ ਰਹੀ ਗੱਲ ਤਾਂ ਉਹਨੂੰ ਮੰਗਦੇ ਕਹਿੰਦਾ ਥੋੜਾ ਟਾਈਮ ਠਹਿਰ ਜਾ, ਬਣਾ ਕੇ ਛੱਡਾਂਗੇ। ਜਿਹੜੇ ਹਲੇ ਕਹਿੰਦੇ ਗੱਲ ਨੀ ਬਣੀ, ਕਿਉਂ ਵੀ ਜਵਾਨ ਤੇਰੇ ਤਾਂ ਸਾਰੇ ਚੇਤੇ ਨੇ ਸਤੀ ਸਲੋਦਰੀਏ ਬਲਵੀਰ ਧੂਰੇ ਦਾ ਪੂਰਾ ਧੂਰੀ ਦਾ ਛੋਟਾ ਮੁੰਡਾ ਧੂਰਾ ਦਨੋਦੇ ਵਾਲਾ ਪਾਊਆ ਦਨੋਦੇ ਵਾਲਾ ਇਹ ਕਹਿੰਦੇ ਕੰਟਰੋਵਰਸੀ ਦਾ ਹਿੱਸਾ ਬਣਿਆ ਹੋਇਆ। ਕੰਟਰੋਵਰਸੀ ਕੌਣ ਕਹਿੰਦਾ ਜੀ? ਕਪਿਲ ਧੂਰੀ ਕੰਟਰੋਵਰਸੀ ਸ਼ੱਕਰ ਪਾਰਾ। ਥੈਂਕ ਯੂ ਜੱਟਾ, ਥੈਂਕ ਯੂ। ਬਨੋਦੇ ਵਾਲਾ ਆ ਗਿਆ। ਛੇ ਨਾਗਾ ਦਾ ਠੇਕੇਦਾਰ ਕੋਈ ਨੀ ਚੱਲੂ ਬਾਬਰ ਤਾਂ ਅਪਡੇਟ ਤਾਂ ਕਰਾਂਗੇ। ਆਈ ਡੀ ਚੱਲ ਗੂਗਲ ਪੇ ਕਰਦੇ ਸਤੀਸੇ 9591174484 24 ਵੀਰੇ 24 ਲੈ ਗਏ ਮਾਝੀ ਗੌਰਵ ਲੁਧਿਆਣਾ ਸੇਬੂ ਸੇਰਾ ਆਪਣਾ ਛੋਟਾ ਭਾਈ ਹੈ ਨਹੀਂ ਛੋਟਾ ਭਾਈ ਹੈ ਕੋਈ ਪਤਾ ਨੀ ਪ੍ਰਭਾਵ ਦੀ ਟੀਮ ਚ ਬੋਲੇ ਛੋਟ ਛੱਕਾ ਵੱਜ ਗਿਆ ਸੁਰੇਸ਼ ਢਿੱਲੂ ਹਸਨਗੜੀਆ
ਕਿਆ ਹਾਲ ਹੈ ਗੁਰੂ ਜੀ? ਗੁਰੂ ਜੀ ਗੁਰੂ ਜੀ ਜੀ ਗੁਰੂ ਜੀ ਓਲਡ ਇਜ ਗੋਲਡ ਡੀਲੂ ਵਾਸਤੇ ਹੁਣ ਇੱਕ ਕੰਮ ਬਣਦਾ ਡੀਲੂ ਨੂੰ ਪਿੰਡ ਚ ਪੜਾ ਦੇ ਲਾਉਣਾ ਚਾਹੀਦਾ ਆਪਾਂ ਨੂੰ ਗੁਰੂ ਜੀ ਗੁਰੂ ਜੀ ਸ਼ਬਦ ਲਿਖੜ ਗਏ ਮੂੰਹੋਂ ਬਚਨ ਬਾਬਿਆਂ ਦੇ ਆਊਗਾ ਝੋਟੇ ਕੋਈ ਟਪੱਕਾ ਆਊਗਾ ਕਿਸੇ ਨਾ ਕਿਸੇ ਟੀਮ ਚ ਡੀਲੂ ਹਸਨ ਗੜੀਆ ਪ੍ਰਾਂਜਲ ਦਈਆ ਮਾਣ ਕਰਦੀ ਹੈ ਜਿਸ ਤੇ ਪ੍ਰਾਂਜਲ ਦਈਆ ਪ੍ਰਾਂਜਲ ਦਈਆ ਕਹਿੰਦੀ ਆ ਵੀ ਆਈ ਐਸ ਪੀ ਐਲ ਦੇ ਵਿੱਚ ਹਸਤੀ ਸੇ ਯਾਦ ਰੱਖੀ ਕਪਤਾਨ ਬਣਾਉ ਪੀ ਐਸ ਆਈ ਐਸ ਪੀ ਐਲ ਆਈ ਐਸ ਪੀ ਐਲ ਦੇ ਵਿੱਚ ਅੱਛਾ ਵਾਹ ਜੀ ਵਾਹ ਡੀਲੂ ਦੀ ਚੜਾਈ ਹੈ ਕਹਿੰਦੇ ਹਸਨ ਗੜੀਆ ਪੂਰਾ ਮਾਣ ਕਰਦੀ ਹੈ ਪ੍ਰਾਂਜਲ ਦਈਆ ਉਹ ਬੱਲੇ ਬਾਈ ਓਏ ਚਾਰ ਸਕੋਰ ਜਾਂ ਨਹੀਂ ਚਾਰ ਬਾਈ ਚਾਰ ਥਰੂਏ ਦਾ ਵੀਰੇ ਇੱਕ ਮੈਚ ਤਾਂ ਹੋ ਗਿਆ ਜੀ ਇੱਕ ਦੋ ਮੈਚਾਂ ਬਾਅਦ ਹੋਊਗਾ ਪਟਾਕੇ ਪੈਣਗੇ ਅੱਜ ਪੂਰੇ ਰਾਜਾ ਹਿੰਦੁਸਤਾਨੀ ਹੈ ਰਾਜਾ ਬਸ 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 ਰੋਹਿਤ ਚੰਡੀਗੜ੍ਹੀਆ ਕੱਲ ਪੂਲ ਕਲੀਅਰ ਕਰ ਗਿਆ ਬਾਬਿਓ ਫਾਈਨਲ ਡੇ ਆਊਗਾ ਜੀ ਹਾਂ ਹਾਂ ਸੁਰੇਸ ਅੱਜ ਬੋਲਣ ਜੋਗੇ ਹੋਏ ਬਾਈ ਨਹੀਂ ਤਾਂ ਛਤਰੀ ਟੁੱਟੀ ਪਈ ਸਾਡੀ ਰਾਜਾ ਰਾਜਸਥਾਨੀ ਮੰਨੂ ਹਿਰਨਾਲੀ ਅੱਜ ਆਇਆ ਵੀਰੇ ਕਾਕਾ ਰਸੂਲਪੁਰ ਮਨੀਸ਼ ਕਾਪਰ ਛਾ ਰਾਜੂ ਫੰਮਣਾਲ ਸਾਰੇ ਝੋਟੇ ਗੌਰਵ ਲੁਧਿਆਣਾ ਸੇਬੂ ਸਹਿਰਾ ਲਵੀ ਗੋਬਿੰਦਪੁਰੀਆ ਸਾਰੇ ਝੋਟੇ ਬੰਦੇ ਆਏ ਨੇ ਵੀਰੇ ਗੁਰਜੀਤ ਸਿੱਧੂ ਉਸਤਾਦ ਜੀ ਸੋਨਾ ਨੀ ਆਇਆ ਜੀ ਸੋਨਾ 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 ਆਪਣਾ ਅੜੀ ਹੈ ਖਾਸ ਦੋਸਤ ਹੈ ਮਿੱਤਰ ਮਨੀਸ਼ ਖੇਡੂ ਅੱਜ ਹੁਜਾਣੇ ਚ ਲਓ ਜੀ ਪਾਰਸ ਤੇ ਧੂਰੀਵਾਲ ਦੀ ਟੱਕਰ ਹੋ ਗਈ ਜੀ ਇੱਕ ਪਾਸੇ ਡੇਢ ਫੁੱਟੀਆ ਇੱਕ ਪਾਸੇ ਛੇ ਫੁੱਟੀਆ ਟੱਕਰ ਦੇਖਣ ਯੋਗ ਹੈ ਆ ਚੱਕ ਮਿੱਤਰ ਛੇ ਆ ਸਾਡੇ ਵਾਲੇ ਚਾਹ ਪਿਆਰੇ ਤੂੰ ਮੈਨੂੰ ਇੱਕ ਵਾਰ ਅੜੀ ਤੋੜਨੀ ਆ ਲੋਕਾਂ ਦੀ ਥੋੜਾ ਟਾਈਮ ਠਹਿਰ ਜਾ ਬਣਾ ਕੇ ਛੱਡਾਂਗੇ ਸਿੱਟੇ ਦਾ ਮੈਚ ਬਾਈ ਅੱਜ ਨੀ ਅੱਜ ਚੌਹਾਨ ਸਾਹਿਬ ਹੋਰ ਸਿੱਟਾ ਐਂਟਰ ਕਿਉਂ ਨੀ ਸਿੱਟੇ ਬਿਨਾ ਟੂਰਨਾਮੈਂਟ ਉਹ ਬੱਲੇ ਝੋਟਿਆ ਦੋ ਹੋ ਗਏ ਦੋ ਤੀਜੇ ਤੇ 1100 ਕਮੇਡੀ ਵੱਲੋਂ 500 ਸਤੀਸ ਲੋਧਰ ਵੱਲੋਂ ਅਮਿਤ ਕਾਂਡਾ ਖੇਡਾ ਕਾਲੂ ਮਾਂਡੀ ਕਲਾ ਚ ਖੇਡੋ ਜੀ ਕਰਤੀ ਗੁੱਗਲ ਪੇ ਸਤੀਸ ਆਪਣਾ ਯਾਰ ਹੈ ਠੇਕੇਦਾਰ ਹੈ ਠੇਕੇਦਾਰ ਗਿਆਰਾਂ ਸੌ ਦਾ ਬੋਰਡ ਤਾਂ ਕੈਚ ਆਊਟ ਬਾਈ ਓਏ ਮਾਂਡੀ ਕਲਾਂ ਦਾ ਕਾਲੂ ਹੈ ਜੀ ਕੀ ਲੱਗਦਾ ਬਾਈ ਕਿਹੜੀ ਟੀਮ ਜਿੱਤੂਗੀ ਚੱਲਦੇ ਮੈਚ ਚ ਕਮੈਂਟ ਕਰੋ
ਵਾਹ ਜੀ ਵਾਹ, ਮਾਂਡੀ ਚ ਖੇਡੂ ਜੀ ਵਾਰਨਰ ਉਚਾਣਾ ਮਿੱਤ ਕਾਨਾ ਖੇਡਾ ਮਿੱਤ ਜਾਂ ਜਾ ਤੇ ਲਵੀ ਰੈਸਟ ਤੇ ਹੈ, ਲਵੀ ਟੋਪੀ ਪਾ ਗਿਆ। ਤੇ ਕਮੇਡੀ ਚ ਖੇਡੂ ਜੀ ਕਾਕਾ ਰਾਮਪੁਰਾ ਡਾਕਟਰ ਬਠਿੰਡਾ ਹਰਮਨ ਧੂਰੀ, ਉਜਾਣੇ ਚ ਜੀ ਕਾਕਾ ਰਸੂਲਪੁਰ ਮਨੀਸ ਕਾਬਰ ਸ਼ਾਹ ਰਾਜੂ ਫੰਮਣਾਲ, ਜਖਵਾਲੇ ਚ ਮਣੀ ਸੁੰਦਰਾਂ, ਗੋਲੀ ਚੰਗੋਲੀ ਆ ਗਿਆ ਮਿੱਤਰੋ ਜੀਵਾ ਨੀ ਪਤਾ ਆਪਣੇ ਬਾਈ ਕਿਸ ਚ। ਇੱਕ ਹੋਰ ਮੋੜਤਾ ਬਾਬਿਓ ਨਾਗ ਨੀ ਪਤਾ ਵੱਡੇ ਭਾਈ ਜਸਪਾਲ ਜੀ ਅੱਜ ਕੌਣ ਕਹਿੰਦਾ ਹੁਣ ਤਾਂ ਗੱਲ ਗੋਗਾਲੇ ਤੇ ਖੜ ਗਈ ਮਿੱਤਰੋ। ਸੰਤਾਲੀ ਤੇਰਾ ਯਾਰ ਪੁਰਾਣਾ ਪਾਪੀ ਹੈ। ਆਪਣੇ ਪਤਾ ਕੀ ਗੱਲ ਹੈ ਬਰੋ, ਅੱਜ ਗਰਮੀ ਹੈਗੀ ਬਾਈ, ਗਰਮੀ ਹੈ ਨੀ ਅੱਜ, ਬਚ ਗਏ ਅੱਜ, ਤਿੰਨ ਦਿਨ ਹੋ ਗਏ ਬਾਈ ਤੰਗ ਹੋ ਰਹੇ, ਬੋਲਣਾ ਜੀ ਨੀ ਕਰਦਾ। ਕੁਛ ਅੜੀ ਲੱਗ ਰਹੀ ਹੈ ਆਪਣੀ ਚੇਲਿਆਂ ਨਾਲ, ਆਪਣੇ ਨਾਲ ਗੁਰਜੀਤ ਸਿੱਧੂ ਚੇਲੇ ਨਾਲ ਅੜੀ ਲੱਗ ਰਹੀ ਹੈ ਯਾਰ, ਕਿ ਚਾਰ ਹੋ ਗਈ ਗਰਮੀ ਹੋ ਗਈ ਬਾਈ, ਓਏ ਹੈਗਾ ਬਾਈ ਗੁਰਜੀਤ ਵੀ ਹੈਗਾ, ਇਹਨਾਂ ਇੱਕ ਕਦਮ ਅੱਗੇ ਰਹਿੰਦੇ ਤੇਰੇ ਛੋਟੇ ਵੀਰ, ਇੱਕ ਕਦਮ ਅੱਗੇ ਰਹਿੰਦੇ ਆ ਧੂਰੀ ਦੇ ਕੋਲ ਗੋਗਾਲਾ ਗੋਗਾਲਾ ਧੂਰੇ ਵਾਲਾ, ਇਹ ਤਾਂ ਕੈਚ ਹੈ ਜੇ ਛੱਕਾ ਹੈ, ਛੇ ਆ ਬਾਈ ਛੇ, ਵਾਹ ਓਏ ਕਾਲੀਏ ਸਿਰਾ ਯਾਰ, ਅਰੇ ਸ਼ਕਤੀਆਂ ਦੇ ਰਹੀਆਂ ਨੇ। ਕਾਕਾ ਰਸੂਲਪੁਰ ਬਿਲਕੁਲ ਹੈ ਜੀ, ਉਜਾਣੇ ਮੈਂ ਲਿਖਾ ਰੱਖਾ ਹੈ,
ਟੀਮ ਨੇ ਬੜੀਆ ਵੀਰੇ ਪੁਰਸ਼ੋਤਮ ਮੁੰਡਾ ਖੇੜਾ ਬਈ ਵਾਹ ਕਰਮੂ ਪੱਤਰਕਾਰ ਵੀ ਆਇਆ ਨੀ ਛੱਡਦਾ ਬਾਈ ਓਏ ਚਾਰ ਸੀਟ ਚ ਨੀ ਪਤਾ ਬਾਈ ਅਮਨ ਸੰਧੂ ਕੌਣ ਹੈ ਕੌਣ ਨਹੀਂ ਵੀਰੇ ਕਿੱਦਣ ਮੈਚ ਹੈ ਕੁਛ ਡਿਟੇਲ ਆਪਣੇ ਪਾਸ ਵੀ ਨਹੀਂ ਹੈ ਬਿਨਾਂ ਪਲੇਅਰਾਂ ਤੋਂ ਖੇਡਣਗੇ ਤਾਂ ਵੀ ਹਾਰ ਡੋਟ ਰਜੇ ਸਿੱਟਾ ਕਿਆ ਹਾਲ ਹੈ ਰਜੇ ਸਿੱਟਾ ਸਿੱਟੇ ਵਾਲੀ 11 ਦੇ 11 ਬੰਦੇ ਲਾਈਵ ਦੇਖ ਰਹੇ ਨੇ ਸਿੱਟੇ ਦੇ ਗਰਾਊਂਡ ਦੀ ਪਰਖ ਕਰ ਰਹੇ ਨੇ ਪੂਰੀ ਬਾਕੀ ਰਸੂਲਪੁਰ ਦਾ ਮੈਚ ਬਾਈ ਇੱਕ ਮੈਚ ਬਾਅਦ ਹੈ ਵੀਰੇ ਅਗਲੇ ਮੈਚ ਤੋਂ ਬਾਅਦ ਚੌਥਾ ਪਹਿਲੇ ਰਾਊਂਡ ਦਾ ਦੂਜਾ ਚੱਲ ਰਿਹਾ ਜੀ ਬਾਈ ਅਜੇ ਚੌਥਾ ਦਿਨ ਹੋ ਗਿਆ ਚਾਰੇ ਦਿਨ ਹੋ ਗਏ ਟੈਂਟ ਉੱਡ ਜਾਂਦੇ ਨੇ ਕਮੇਟੀ ਡੇਲੀ ਲਾਉਂਦੀ ਆ ਬਾਈ ਧੰਨ ਜੀ ਕਰਾ ਕਮੇਟੀ ਦਾ ਸਿਰਾ ਯਾਰ ਚੱਲਿਆ ਪਸੰਦ ਤੇਰੀ ਦਾ ਸੁਣਦਾ ਤਿੰਨ ਲੱਖ ਨੇ ਕਰਨ ਲੈ ਆਪਣੇ ਵੀ ਡੋਲਿਆਂ ਚ ਜਾਣ ਚਾਹੀਦੀ ਕਰੋ ਕਮੈਂਟ ਬਾਈ ਚੇਂਜ ਕਰੂ ਜਾਂ ਨਹੀਂ ਗੋਗਾ ਵਾਲਾ ਮਿੱਤਰੋ ਬਈ ਵਾਹ ਸਵਾਦ 18 ਵਾਲਾ 40 ਕਿਆ ਬੋਲੂ ਸੁਖਵੀਰ ਜੀ ਓਕੇ ਸੁੱਕੂ ਕੀ ਤਰਫ ਸੇ ਵਾਹ ਜੀ ਵਾਹ ਸੁੱਕੂ ਜੀ ਵਾਹ ਜੀ ਵਾਹ ਬਾਈ ਸੁੱਕੂ ਬੋਲੋ 500 ਹੈ ਸਾਗਰ ਦੇ 3 ਛੱਕਿਆਂ ਦੇ ਉਹ ਸੋਰੀ ਦੀਪਕ ਦੇ 3 ਛੱਕਿਆਂ ਦੇ ਹੈ ਗੂਗਲ ਪੇ ਕਰ ਦੋ ਜੀ 9592177484 ਬੰਦੇ ਦਿਹਾੜੀਆਂ ਤੇ ਵਾਹ ਜੀ ਵਾਹ ਸਹੀ ਗੱਲ ਹੈ ਬਾਬਿਓ ਲੀਡਰਾਂ ਪਿੱਛੇ ਨਾ ਲੜਿਆ ਕਰੋ 18 ਵਾਲਾ 40 ਹੋ ਮੋੜ ਤਾ ਲੱਗਦਾ ਨੋਨ ਸਟ੍ਰਾਈਕ ਤੇ ਰਹੂ ਗੋਗ ਵਾਲਾ ਵਾਹ ਜੀ ਵਾਹ ਠੰਡ ਪਾ 17 ਵਾਲਾ 40
ਬਾਲਾਂ ਟੌਪ ਦੀਆਂ ਪਾ ਰਿਹਾ ਸਾਹਮਣੇ ਦਰਾਸੀ ਵਾਲਾ ਹੈ, ਅੱਧੀਆਂ ਬਾਲਾਂ ਪੈ ਗਈਆਂ, ਅੱਧੀਆਂ ਰਹਿ ਗਈਆਂ, 40 ਰਹਿ ਹੁਣ ਹੋ ਜਾਂਦਾ ਹੈ ਮਾਝੀ। ਓਏ ਦੇ ਦੋ ਓਏ ਹੁਣ ਸਿੰਗਲ ਜਿਹੜਾ ਨੋਨ ਸਟ੍ਰਾਈਕ ਖੜਿਆ ਬਿੱਬੂ, ਜੇ ਬੈਟ ਬਾਲ ਨਹੀਂ ਲਗਾ ਸਿੰਗਲ ਦੇ ਦਈਏ। 59 40 ਰਹਿ ਗਏ 16 ਚ। ਪੁੱਛੋ ਨਾ ਵੀ ਕਿੰਨੇ ਹੋ ਗਏ, ਪੁੱਛੋ ਵੀ ਰਹਿ ਗਏ 16-40। ਓਏ ਹੋਏ 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 6 ਮਿੱਤਰ, 34 ਰਹਿ ਗਏ 15 ਵੱਲ। ਹਾਏ ਹਾਏ ਝੋਟੇ ਗੁੱਡੇ ਦਾ ਮੋਟਾ ਦਿਮਾਗ ਲਗਾਤਾਰ ਗੱਲਾਂ ਕਹਿੰਦੇ ਟਿਕਾਣੀ ਹੈ, ਦੋ ਸ਼ਕ ਲਗਾਤਾਰ ਵੱਜ ਗਏ, ਸ਼ੇਰੇ ਵਾਲਾ ਸਿੰਘ ਵੀ ਪਹੁੰਚ ਗਿਆ। ਅੱਜ ਕਹਿੰਦੇ ਸਾਰੇ ਹੀ ਕਹਿ ਸਕਦੇ ਵੀ ਕਾਸਕੋ ਕ੍ਰਿਕਟ ਦੀ ਕਿਹੜਾ ਫੋਨ ਵੱਜੀ ਜਾਂਦੇ ਆ ਵੀ ਗਿਆ ਫੁਰਦਾ ਹੈ ਆ ਰਵੀ ਗਿਆ ਭਾਜੀ ਭੁੱਖੀ ਗੋਹਿਤ ਵੇਗਾ ਭਾਈ ਰਾਜੂ ਹਜ਼ੀਰਾ ਸਾਰੇ ਵੀਰਾਂ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਬਹੁਤ ਲੁੱਤਰ ਯਾਰਾ ਕਿਵੇਂ ਆ ਤੂੰ, ਸੈਮੀ ਟੱਪ ਜਾ ਕਰ ਕਦੇ ਸਾਡੇ ਪਿੰਡ ਚ, ਕਦੇ ਸੈਮੀ ਟੱਪ ਜਾ ਕਰ ਗੰਜਰਾ। ਇਹ ਵੀ ਉਹ ਕਹਿਤੇ ਕਹਿ ਰਹੇ ਅਠਾਈ ਰਹਿ ਗਏ 12 ਦੇ 12 ਵਾਲਾ 28 ਜੀ ਮੈਨੂੰ ਪਤਾ ਸਾਰੀ ਗੱਲ ਦਾ ਦੱਸਤਾ ਜੀ ਉਹਨੇ ਆਪਣਾ ਬੰਦੇ ਨੂੰ ਕੀ ਕਹੀਏ ਨਾ ਯਾਰ, ਆਪਣਾ ਬੰਦਾ ਖਾਸ ਬੰਦਾ ਆਪਣਾ ਯਾਰ, ਆਪਣੇ ਏਰੀ ਦਾ ਮਾਣ ਹੈ ਯਾਰ। ਕੋਈ ਗੱਲ ਨੀ ਕਹਿੰਦਾ ਬੱਚਾ, ਫਿਰ ਗਲਤੀ ਹੋ ਗਈ ਫਿਰ ਸਮਝਾਇਆ ਕਰ ਪਿਆ, ਗੁੱਸਾ ਨਾ ਕਰੇਗਾ। ਸੇਬੂ ਦਾ ਝੋਟੇ ਗੁੱਟਾ ਹੈ ਮੋਟਾ ਦਿਮਾਗ ਆਉਂਦਾ ਵੀ, ਸਾਰਿਆਂ ਦਾ ਮੋਟਾ ਦਿਮਾਗ ਜਿਹੜੇ ਬਾਹਰੋਂ ਖੇਡਣਾ ਇਹਨੇ ਬਾਰਾਂ ਵਾਲਾ 28 ਚਾਰ ਹੋ ਗਏ
ਗਿਆਰਾਂ ਵਾਲਾ ਚੌਵੀ ਜੀ, ਗਿਆਰਾਂ ਵਾਲਾ ਚੌਵੀ ਨੌ ਤੇ ਅਠਾਰਾਂ ਜੀ ਹੋ ਗਿਆ ਪੁੱਠਾ, ਮੈਨੂੰ ਲੱਗਦਾ ਦਸ ਆਏ, ਚਾਰ ਵਾਲਾ ਦਸ ਆਏ, ਅਠਾਈ ਰਹਿੰਦੇ ਸੀ, ਅੱਠ ਰਹਿ ਗਏ ਹੁਣ ਅੱਠ ਵਾਲਾ ਹਾਂ ਬਾਈ ਦਿਲਰਾਜ ਲੈਣ, ਕਿਆ ਹਾਲ ਹੈ? ਸੱਤ ਵਾਲਾ ਸਤਾਰਾਂ ਮੈਨੂੰ ਰਾਹੁਲ ਚੌਧਰੀ ਕਿਵੇਂ ਯਾਰ? ਵਧੀਆ ਵਧੀਆ ਰਣਵੀਰ ਜੀ, ਕਿਆ ਹਾਲ ਹੈ? ਦੋ
ਲੈ ਵੀ ਖੜੋ ਖੜੋ ਵੀਰ ਬਣ ਕੇ ਸਾਡੇ ਘੱਗੇ ਵਾਲੇ ਦੇ ਪੰਜ ਪੂਰੇ ਹੋ ਗਏ ਲਾਗੇ ਖੜੀਆਂ ਹੋਰ ਕਹਿ ਰਹੇ ਇੱਕ ਓਵਰ ਸਤਾਰਾਂ ਇੱਕ ਓਵਰ ਸਤਾਰਾਂ ਜੀ ਕਰੋ ਕਮੈਂਟ ਚੇਜ ਹੋਣਗੇ ਜਾਂ ਨਹੀਂ ਓਵਰ ਕਿਹੜੇ ਪਾਉਣਾ ਮੀਨੂ ਆਓ ਸਾਹਮਣੇ ਛੇ ਵਾਲਾ ਸਤਾਰੇ ਔਰ ਉਧਰਲੇ ਪਾਸੇ ਗੋਲਡ ਵਾਲਾ ਸਾਗਰ ਹੈ ਇਧਰਲੇ ਪਾਸੇ ਸਲਾਲਪੁਰ ਵਾਲਾ ਮੀਨੂ ਹੈ ਟੱਕਰ ਬੜੀ ਸਹਿਣੀ ਹੈ ਕਿਹੜੀ ਜਤਨੀ ਹੈ ਕਿਹੜੀ ਹੱਥੀ ਹੈ ਸਮੇਂ ਦੀਆਂ ਬਾਤਾਂ ਹੋਣਗੀਆਂ ਬੱਤੀ ਨੂੰ ਸਮੇਟਾ ਜੇ ਮੀਨੂ ਸਤਾਰਾਂ ਸਕੋਰ ਰੋਕ ਦੇ ਰੁਪਈਆ 1100 ਬਈ ਵਾਹ ਹਾਂ ਬਈ ਜਸ ਕੁਛ ਨੀ ਕਹਿ ਸਕਦੇ ਬਰੋ ਪਹਿਲੀ ਨੋ ਬਾਲ ਨੋ ਬਾਲ ਨੋ ਬਾਲ ਨੋ ਬਾਲ 16 ਰਹਿ ਗਏ ਮਿੱਤਰੋ ਚਾਰ 12 ਰਹਿ ਗਏ ਪੰਜ ਵੱਲ ਸਿਰਾ ਬਾਈ ਸਿਰਾ ਯਾਰ 12 ਰਹਿ ਗਏ 12 ਰਹਿ ਗਏ ਜੇ 17 ਰਨ ਰੋਕਦਾ ਤਾਂ 1100 ਰੁਪਏ ਕਮੇਟੀ ਵੱਲੋਂ ਆਪਣੇ ਵੱਲੋਂ ਕੁਛ ਨੀ ਬਾਈ ਖਾਕੀ ਨੰਗ ਹੋ ਰਿਹਾ ਪੰਜ ਵੱਲ 12 ਛੇ ਰਹਿ ਗਏ ਚਾਰ ਵੱਲ ਚਾਰ ਵਾਲਾ ਛੇ ਰਹਿ ਗਏ ਚਾਰ ਵਾਲਾ ਛੇ ਰਹਿ ਗਏ ਇਹ ਗੋਗ ਵਾਲਾ ਖੁਸ਼ੀ ਰਾਮ ਕਿਆ ਹਾਲ ਚਾਲ ਹੈ ਜੀ ਵਾਲਾ ਚਾਰ ਔਰ ਇੱਕ ਸ਼ੱਕਾ ਮਿਲ ਗਈ ਗੋਗ ਵਾਲਾ ਸਾਗਰ ਕਿਤੇ ਪੁੱਜ ਪਲੇ ਕਰਵਾਰੀ ਹੈ ਫੇਰ ਦੇ ਮੈਦਾਨ ਦੇ ਉੱਪਰ ਮੁੰਡਾ ਟੌਪ ਦੇ ਛੱਕੇ ਲਾ ਰਿਹਾ ਹੈ ਇਧਰ ਦੇ ਪਾਸੇ ਮੇਰੇ ਬੇਟ ਦਾ ਮਿਲ ਲੈ ਹਾਂ ਉਧਰੋਂ ਫੈਲਦਾ ਕੀ ਬਾਤ ਹੈ ਇਹ ਆ ਪਿਆਰ ਅਗੇ ਸੁਹਾਗਾ ਉਹ ਕਹਿੰਦਾ ਵੀ ਅਗਲਾ ਮੈਂ ਕਿਤੇ ਬੋਲ ਉੱਠਦਾ ਇਹ ਸੇਖੋ ਸ਼ਰਾ ਕਰੇ ਪਹਿਲੀ ਵਾਰ ਤੇ ਛੱਕਾ ਮਾਰਦਾ ਕਹਿੰਦਾ ਕਿ ਜਲਾ ਤੈਨੂੰ ਪਾਸਾ ਦੇਣਾ ਜੇ ਓਵਰ ਕਰਦਾ ਪਹਿਲੀ ਵਾਰ ਤੇ ਵਿਕਟ ਕਰਦਾ ਕਹਿੰਦਾ ਫੇਰ ਪਾਸਾ ਤੇਰੇ ਦੇਣਾ ਲੈ ਵੀ ਉਹਦੇ ਨਾਲ ਮੈਚ ਵੀ ਨਾ ਮਸ਼ਹੂਰ ਹੋ ਜਾਵੇ ਤਿੰਨ ਵਾਲਾ ਰਹਿ ਗਏ ਤਿੰਨ ਤੇ ਛੇ ਜੀ ਗੰਦੋਲੀ ਜੀ ਐਚ ਜੀ ਐਚ ਏ ਡੀ ਓ ਐਲ ਆਈ ਗੰਦੋਲੀ ਪੈਂਟਿੰਗ ਨਾ ਦਿਨੇ ਪਹਿਲੀ ਸੰਧੂ ਵਧੀਆ ਜੀ ਤਿੰਨ ਵਾਲਾ ਛੇ ਦੋ ਰਹਿ ਗਏ ਜੀ ਦੋ ਵਾਲਾ ਦੋ ਰੁਕ ਰਿਹਾ 1100 ਰੁਪਏ ਅਸਿਸਟ ਅਗਲੋ ਨਾਲ ਵੀ ਨਾ ਵਾਲੋ
ਸਤਾਰਾਂ ਰਨ ਰੋਕਣ ਤੇ 2100 ਚੁੱਕ ਲੱਗ ਗਿਆ ਹੁਣ ਤਾਂ ਉੱਥੇ ਦੇ ਰੋਲਾ ਪੈ ਰਿਹਾ ਚੁੱਕ ਲੱਗ ਗਿਆ ਨਾ ਰਾਜੂ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ ਜਿਹਨਾਂ ਭਰਾਵਾਂ ਨੇ ਜਿਹੜੇ ਜਿੱਤ ਕੀਤੀ ਹੈ ਮੇਲਾ ਜਿਹੜਾ ਚੱਲ ਰਿਹਾ ਉੱਥੇ ਦੇਖਣ ਲੱਗ ਰਹੇ ਇਸ਼ਕਨ ਲੱਗੀ ਇਸ਼ਕਨ ਲੱਗੀ ਕਰੀ ਵੀ ਪੰਜ ਰਨ ਹੋਏ ਉੱਧਰ ਵੱਡੇ ਕੈਮਰੇ ਉੱਧਰ ਦੇਖ ਲੈਣੇ ਚੌਕਾ ਲੈ ਕੇ ਬਜਾ ਕੀ ਫੈਸਲਾ ਚੌਕਾ ਉੱਥੋਂ ਫੈਸਲਾ ਆਊਗਾ ਜੀ ਰਿਵਿਊ ਚ ਹਾਂਜੀ ਹਾਂਜੀ ਬਾਈ ਜਦੋਂ ਚੈੱਕ ਕਰ ਰਹੇ ਨੇ ਕਰ ਲੈਣ ਦੋ ਹਨ ਥੋੜੀ ਲੱਗ ਗਿਆ ਔਰ ਤਾਂ ਸਿੱਧੀ ਲਿਖ ਰਹੀ ਪੂਰਾ ਲੱਗਿਆ ਔਰ ਤਾਂ ਨਿਕਲੀ ਸਿੱਧੀ ਆਊਟ ਕਾ ਲੈ ਰਹੇ ਹਾਂ ਦੋ ਜਿਹੜੇ ਪੈਂਡਿੰਗ ਹੈ ਮੇਰੇ ਵੀਰੋ ਔਰ ਅੰਪਾਇਰਾਂ ਨੇ ਫੈਸਲੇ ਕਰਦੇ ਨੀ ਹੈ ਕੋਈ ਗੱਲ ਨੀ ਦੁੱਧ ਦੁੱਧ ਪਾਣੀ ਲੈਵੀ ਸਾਊਂਡ ਦਾ ਬਹੁਤ ਪਿਆਰੀ ਆਵਾਜ਼ ਹੈ ਸਾਊਂਡ ਵਾਲੇ ਵੀਰ ਦਾ ਧੰਨਵਾਦ ਹੈ ਜਿਹੜਾ ਨੈਕਸਟ ਮੈਚ ਮਾਜੀ ਤੇ ਗਦੋਲੀ ਵੀ ਹਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈਗ ਵਾਈਜ਼ ਰਨ ਹੈਗੇ ਜਿਹਦਾ ਟਿਕਟ ਤੇ ਲੱਗ ਰਹੀਆਂ ਕਹਿ ਰਹੇ ਨੇ ਵੀਰੇ ਜੇ ਉਸ ਕਾ ਲੱਗ ਵੀ ਰਹੀ ਦੀ ਨਹੀਂ ਪਿੱਛਾ ਕੀਪਰ ਵੀ ਬੋਲ ਰੋਕ ਲਾ ਮੈਚ ਬਣ ਗਿਆ ਭਾਗ ਥੋੜਾ ਲੱਗੀ ਨਹੀਂ ਬੈਟਾਂ ਹੈ ਲਿਫਟਾਂ ਕਰ ਲਓ ਸਾਈਲੈਂਟ ਕਰ ਲਓ ਸਾਈਲੈਂਟ ਕਰਦੇ ਰਹੇ ਕਮੈਂਟ ਦੇ ਕੀ ਕਹਿੰਦੇ ਕਮੈਂਟ ਕੀ ਕਹਿੰਦੇ ਕਮੈਂਟ ਤਾਂ ਲੈਗ ਵਾਈ ਕਹਿ ਰਹੇ ਨੇ ਸਾਰੇ ਜੇਤੂ ਹੈ ਜੀ ਜਰਾਸੇ ਜੀ ਜੇਤੂ ਹੈ ਜੀ ਪਿੱਛਾ ਲੁਕਦੇ ਹੁੰਦੇ ਨੇ ਬੋਲ ਪਿੱਛੇ ਜੀ ਕੋਈ ਨੀ ਬਾਈ ਬੜੀ